ਅਸੀਂ ਆਪਣੀਆਂ ਮੰਗੀਆਂ ਹੋਈਆਂ ਮੰਨਾਂ ਨੂੰ ਲੈ ਕੇ ਫਰਵਰੀ ਮਹੀਨੇ ਤੋਂ ਕਿਸਾਨ ਮੋਰਚਾ, ਕਿਸਾਨ ਮਜ਼ਦੂਰ ਮੋਰਚਾ ਅਤੇ ਕਿਸਾਨ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਸਾਂਝੇ ਤੌਰ ਤੇ ਜੰਗ ਲੜ ਰਹੇ। ਸਾਡੀਆਂ ਮੰਗਾਂ ਕੀ ਆ? ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰੋ, MSP ਦੀ ਗਰੰਟੀ ਚਾਹੀਦੀ ਹੈ, ਨਰੇਗਾ ਦੀ ਦਿਹਾੜੀ 700 ਰੁਪਈਆ ਹੋਣੀ ਚਾਹੀਦੀ ਆ, ਪਾਣੀਆਂ ਤੇ ਡਾਕੇ ਨਹੀਂ ਵੱਜਣੇ ਚਾਹੀਦੇ। ਇੱਥੋਂ ਤੱਕ ਆ ਕਿ ਪੂੰਜੀਵਾਦ ਲੋਕ ਸਾਡੀਆਂ ਹਵਾਵਾਂ ਤੇ ਵੀ ਕਬਜ਼ਾ ਕਰਨਾ ਚਾਹੁੰਦੇ। ਤੇ ਜਦੋਂ ਅਸੀਂ ਆਪਣੇ ਸੰਘਰਸ਼ ਕਰਨ ਜਾ ਰਹੇ ਸੀ ਤੇ ਰਸਤੇ ਵਿੱਚ ਹਰਿਆਣਾ ਸਰਕਾਰ ਨੇ ਮੋਦੀ ਜੀ ਦੀ ਸ਼ਹਿ ਤੇ ਮੋਰਟਰ ਗੰਨਾਂ ਨਾਲ ਕਿਸਾਨਾਂ ਮਜ਼ਦੂਰਾਂ ਦੇ ਗੋਲੇ ਦਾਗੇ, ਅਥਰੂ ਗੈਸ ਦੇ ਗੋਲੇ ਦਾਗੇ, ਇੱਥੋਂ ਤੱਕ ਆ ਕਿ ਸ਼ੁਭ ਕਰਮ ਨੂੰ ਸਿੱਧੀ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਤੇ ਅੱਜ ਕਿਸਾਨਾਂ ਮਜ਼ਦੂਰਾਂ 'ਚ ਜ਼ਿਆਦਾ ਰੋਸ ਤਾਂ ਪਾਇਆ ਜਾ ਰਿਹਾ ਕਿ ਹਰਿਆਣਾ ਸਰਕਾਰ ਜਿਹੜੇ ਪੁਲਿਸ ਵਾਲਿਆਂ ਨੇ ਸਾਨੂੰ ਗੋਲੀਆਂ ਮਾਰੀਆਂ, ਡਾਂਗਾਂ ਮਾਰੀਆਂ, ਸਾਨੂੰ ਨਿਆਂ ਦੇਣ ਦੀ ਬਜਾਏ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ। ਜਿਵੇਂ ਜ਼ਕਰੀਆ ਖਾਨ ਮੁੱਲ ਪਾਉਂਦਾ ਸੀ ਸਿਰਾਂ ਦੇ ਤੇ ਇਨਾਮ ਦਿੰਦਾ ਸੀ, ਉਸੇ ਪਾਸੇ ਸੇ ਮੋਦੀ ਜੀ ਤੁਰ ਪਏ ਆ। ਅੱਜ ਦੋ ਫੋਰਮਾਂ ਦੇ ਸੱਦੇ ਤੇ ਪੂਰੇ ਭਾਰਤ ਵਰਸ਼ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸੈਣੀ ਜੀ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਪੁਤਲੇ ਫੂਕੇ ਜਾ ਰਹੇ। ਜੋ ਦੋਵੇਂ ਫੋਰਮ ਆਦੇਸ਼ ਦੇਣ ਦੇ, ਅਸੀਂ ਇੱਕ ਬਹੁਤ ਛੋਟੇ ਜਿਹੇ ਸਿਪਾਹੀ ਹਾਂ, ਉੱਤੇ ਪੈਰਾ ਦਿਆਂਗੇ। ਔਰ ਦੱਸ ਦੇਣਾ ਚਾਹੁੰਦੇ ਹਾਂ ਮੋਦੀ ਜੀ, ਜੇਕਰ ਤੁਸੀਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨਾ ਮੰਨੀਆਂ, ਇਹ ਤੁਹਾਡੀਆਂ ਜੜ੍ਹਾਂ ਪੁੱਟ ਕੇ ਰੱਖ ਦੇਣ। ਅਸੀਂ ਕਹਿੰਦੇ ਜਿਹੜੀਆਂ ਇਹ ਜਾਤੀਆਂ, ਤੁਸੀਂ ਤਾਂ ਇੱਕ ਲਾਡੋਵਾਲ ਦੀ ਗੱਲ ਕੀਤੀ ਹੈ, ਪੂਰੇ ਭਾਰਤ ਵਿੱਚ ਹੋ ਰਹੀਆਂ। ਆਹ ਜਿਹੜੇ ਨਵੇਂ ਕਾਨੂੰਨ ਆ ਗਏ ਆ, ਇਹ ਇੱਥੋਂ ਤੱਕ ਆ ਵੀ ਭਾਵੇਂ ਕੋਈ ਪੱਤਰਕਾਰ ਆ, ਭਾਵੇਂ ਕੋਈ ਬੁੱਧੀਜੀਵੀ ਆ, ਸਿਰਫ ਇੱਕ ASI ਨੇ ਇੰਨਾ ਬਿਆਨ ਦੇਣਾ ਆ ਕਿ ਮੈਨੂੰ ਕਿਸੇ ਖਾਸ ਮੁਖਬਰ ਨੇ ਦੱਸਿਆ ਕਿ ਫਲਾਣੇ ਪੱਤਰਕਾਰ ਕੋ ਅਸਲਾ ਆ ਜਾਂ ਬੁੱਧੀਜੀਵੀ ਕੋ ਅਸਲਾ ਆ, ਉਹ ਤੁਹਾਨੂੰ ਜੁੱਕ ਕੇ ਜੇਲ੍ਹ 'ਚ ਡੱਕ ਲੂਗਾ, ਤੁਹਾਡਾ 90 ਦਿਨ ਦਾ ਰਿਮਾਂਡ ਲੈ ਲੂਗਾ, ਉਹ ਨਾ ਤੁਹਾਨੂੰ 90 ਦਿਨ ਕੁੱਟਦਾ ਰਹੂਗਾ ਤੇ ਉਸ ਤੋਂ ਬਾਅਦ ਉਹ ਕਹਿ ਦੂਗਾ ਤੁਸੀਂ ਬੇਗਨਾਹ ਆ, ਤੇ ਤੁਸੀਂ ਕਿਸੇ ਵੀ ਕੋਰਟ ਵਿੱਚ ਜਾ ਕੇ ਉਹਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰਵਾ ਸਕੋਗੇ। ਤਾਨਾ ਸ਼ਾਹ ਰਵੱਈਏ ਤੇ ਮੋਦੀ ਜੀ ਉਤਰ ਆਏ ਆ, ਭੈੜੇ ਭੈੜੇ ਕਾਨੂੰਨ ਲੈ ਕੇ ਆ ਰਹੇ ਆ। ਅਜੇ ਸਾਰਾ ਕੁਝ ਟ੍ਰਾਇਲ ਬੇਸ ਤੇ ਚੱਲ ਰਿਹਾ। ਤੁਸੀਂ ਟੋਲਾਂ ਦੀ ਗੱਲ ਕਰ ਰਹੇ ਆ, ਹਵਾਵਾਂ ਤੇ ਕਬਜ਼ੇ ਹੋਣ ਜਾ ਰਹੇ ਆ, ਪਾਣੀਆਂ ਤੇ ਕਬਜ਼ੇ ਤਾਂ ਹੋ ਹੀ ਚੁੱਕੇ ਆ, ਤੁਸੀਂ ਆਪਣੇ ਘਰਾਂ 'ਚ ਬੋਰ ਨਹੀਂ ਕਰਵਾ ਸਕਣਾ। ਤੇ ਅਸੀਂ ਅੱਜ ਵੀ ਸਮੂਹ ਲੋਕਾਂ ਨੂੰ ਹੋਕਾ ਦਿੰਦੇ ਤੁਹਾਡੇ ਰਾਹੀਂ, ਆਓ ਇਕੱਠੇ ਹੋ ਕੇ ਇਸ ਜ਼ੁਲਮ ਦੇ ਖਿਲਾਫ਼ ਲੜੀਏ। ਮੈਂ ਸੁਖਪਾਲ ਸਿੰਘ ਡੱਫਰ, ਪ੍ਰਧਾਨ ਕਿਸਾਨ ਗੰਨਾ ਸੰਘਰਸ਼ ਕਮੇਟੀ ਪੰਜਾਬ, ਸੰਯੁਕਤ ਮੋਰਚਾ ਗੈਰ ਰਾਜਨੀਤਿਕ। ਅੱਜ ਜਿਹੜਾ ਸਾਡਾ ਇਹ ਪ੍ਰੋਗਰਾਮ ਸੀਗਾ, ਆਲ ਇੰਡੀਆ ਦੇ ਵਿੱਚ ਸੀਗਾ, ਇਹ ਦੋਨਾਂ ਫੋਰਮਾਂ ਵੱਲੋਂ ਸਾਰੇ ਭਾਰਤ ਦੇ ਵਿੱਚ ਜਿਹੜੇ ਅੱਜ ਹੈੱਡਕੁਆਟਰਾਂ 'ਤੇ ਪੁਤਲੇ ਫੂਕੇ ਗਏ ਆ। ਜੋ ਹਰਿਆਣਾ ਸਰਕਾਰ ਜਿਹੜੀ ਆ, ਨਾਇਬ ਸੈਣੀ ਸਰਕਾਰ ਜਿਹੜੀ ਆ, ਜਿਹੜੇ ਖੱਟੜ ਵੇਲੇ ਜਿਹੜੇ ਸਾਡੇ 'ਤੇ ਤਸ਼ੱਦਦ ਕੀਤਾ, ਉਹਦੇ ਵਿਰੋਧ ਦੇ ਵਿੱਚ ਇਹ ਜਿਹੜਾ ਅਸੀਂ ਅੱਜ ਸਾਰੇ ਭਾਰਤ ਦੇ ਵਿੱਚ ਪੁਤਲੇ ਫੂਕੇ ਆ। ਜਿਹੜੀ ਹਰਿਆਣਾ ਸਰਕਾਰ ਆ, ਇਹਨੇ ਇੱਕ ਸਿਫਾਰਿਸ਼ ਕੀਤੀ ਆ 4-5 ਅਫਸਰਾਂ ਨੂੰ ਰਾਸ਼ਟਰਪਤੀ ਅਵਾਰਡ ਦੇ ਨਾਲ ਸਨਮਾਨਿਤ ਕਰਨ ਦੀ। ਅਸੀਂ ਉਹਦਾ ਪੁਰਜ਼ੋਰ ਵਿਰੋਧ ਕਰਦੇ ਹਾਂ, ਇਹੋ ਜਿਹੀਆਂ ਹਰਕਤਾਂ ਤੋਂ ਬਾਜ਼ ਆਵੇ। ਇਹੀ ਕੰਮ ਜਿਹੜਾ 84 ਤੋਂ ਪਹਿਲਾਂ ਹੋਇਆ ਸੀ ਸਾਡੇ ਨਾਲ, ਬੇਅੰਤ ਸਿੰਘ ਸਰਕਾਰ ਨੇ ਕੀਤਾ ਸੀ, ਜਿਹੜੇ ਸਿੰਘਾਂ ਦੇ ਉੱਤੇ ਨਜਾਇਜ਼ ਜਿਹੜੇ ਰਾਤ ਦਿਨ ਤਸ਼ੱਦਦ ਢਾਉਂਦੇ ਸੀ, ਉਹਨਾਂ ਨੂੰ ਬੜ ਬੜੀਆਂ ਨੌਕਰੀਆਂ ਦੇ ਬੜ ਬੜੀਆਂ ਫੀਤੀਆਂ ਲਾਈਆਂ ਸੀ। ਉਹੀ ਰਾਹ ਦੇ ਉੱਤੇ ਜਿਹੜੀ ਸਰਕਾਰ ਇਹ ਚੱਲਣ ਜਾ ਰਹੀ, ਅਸੀਂ ਕਹਿੰਦੇ ਬਾਜ਼ ਆ ਜਾ, ਇਹੋ ਜਿਹਾ ਕੰਮ ਨਾ ਕਰ। ਉਹ ਨਹੀਂ ਕੋਈ ਜਾ ਕੇ ਕਾਰਗਿਲ ਦੀ ਲੜਾਈ ਨਹੀਂ ਲੜੀ, ਜਿਹੜਾ ਉਹਨਾਂ ਨੂੰ ਸਨਮਾਨਿਤ ਕਰਨ ਲੱਗੇ ਆ।
ਇੱਕ ਆਪਣੇ ਇੰਡੀਆ ਦੇ ਵਿੱਚ ਕਿਸਾਨਾਂ ਦੇ ਉੱਤੇ ਉਹਨੇ ਤਸ਼ੱਦਦ ਕੀਤਾ, ਇਹੋ ਜਿਹੀਆਂ ਹਰਕਤਾਂ ਤੋਂ ਬਾਜ ਆਵੇ ਸਰਕਾਰ, ਨਹੀਂ ਤਾਂ ਇਹ ਤੋਂ ਵੀ ਵੱਡਾ ਜਿਹੜਾ ਸੰਘਰਸ਼ ਆਰੰਭਿਆ ਜਾਵੇ।